ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਇੱਕ ਸ਼ਰਾਬ ਦੇ ਠੇਕੇ ਤੇ ਨਾਲ ਵਾਲੀ ਇਮਾਰਤ ਦੀ ਛੱਤ ਡਿੱਗ ਗਈ ਜਿਸ ਸਮੇਂ ਇਹ ਹਾਦਸਾ ਹੋਇਆ। ਘਟਨਾ ਸਥਾਨ ਤੇ ਉਸ ਸਮੇਂ ਤਕਰੀਬਨ 10 ਲੋਕ ਮੌਜੂਦ ਸਨ। ਇਸ ਮੌਕੇ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ 9 ਵਿਅਕਤੀਆਂ ਨੂੰ ਮਲਬੇ ਵਿੱਚੋਂ ਕੱਢ ਕੇ ਹਸਪਤਾਲ ਪਹੁੰਚਾ ਦਿੱਤਾ ਗਿਆ। ਉਹ ਨਾਲ ਵਾਲੀ ਦੁਕਾਨ ਵਾਲੇ ਖੁਦਾਈ ਕਰ ਰਹੇ ਨੇ, ਸਾਨੂੰ ਬਗੈਰ ਦੱਸੇ ਕਰ ਰਹੇ ਆ। ਬੇਸਮੈਂਟ ਦੀ ਕੋਈ ਪਰਮਿਸ਼ਨ ਨਹੀਂ, ਕੋਈ ਕੁਛ ਨਹੀਂ। ਉਹ ਬੇਸਮੈਂਟ ਬਣਾ ਕੇ ਕੋਈ ਖੁਦਾਈ ਕਰ ਰਹੇ ਸੀਗੇ ਤੇ ਇਹਨਾਂ ਨੇ ਦੁਕਾਨ ਗੇਰਤੀ। ਸਾਨੂੰ ਤਾਂ ਹੁਣ ਗਿਰੀ ਦਾ ਪਤਾ ਲੱਗਿਆ ਸੀ, ਉਰੇ ਨਹੀਂ ਹੁੰਦੇ, ਅਸੀਂ ਕਿਰਾਏ 'ਤੇ ਦਿੱਤੀ।